थोड़ी सेविंग करके चलो ते थोड़ा ध्यान ना चलो अपना बैकअप प्लान लेके चलो ते मोटे आ कि पहला नालो काम बहुत स्लो होया पया। हां जी अकॉर्डिंग गुड सो जी आज दी अपनी जो वीडियो हैगी है नो जॉब्स फॉर गर्ल्स इन कनाडा अपने नाल ने अपनी सिस्टर रवनीत पहला वीडियो दे विच आई आए ने हैना ते रवनीत तुसी अपना दसोगे कदों तुसी कनाडा आए सी। मैं 2019 च कनाडा आई सी। ओके सो 2019 में देखा जाए तो प्रेजेंट कंडीशन 2023 ਦੇ ਵਿੱਚ ਤੁਹਾਨੂੰ ਜੌਬਸ ਵਗੈਰਾ ਬਿਲਕੁਲ ਨਹੀਂ ਮਿਲਦੀ ਹੈ ਨਾ ਕੁੜੀਆਂ ਦੇ ਮੁੰਡਿਆਂ ਨੂੰ ਤੇ ਤੁਸੀਂ ਕੀ ਸਮਝਦੇ ਹੋ ਮਤਲਬ ਕਿ ਕੈਨੇਡਾ ਦੇ ਹਾਲਾਤ ਵਧੀਆ ਨੇ 2019 ਤੋਂ ਜਾਂ ਬੇਕਾਰ ਨੇ? ਨਹੀਂ 2019 ਤੋਂ ਬਾਅਦ ਤਾਂ ਹਾਲਾਤ ਬੇਕਾਰ ਹੀ ਜਾ ਰਹੇ ਨੇ ਕਿ ਰੈਸੈਸ਼ਨ ਵੀ ਆ ਗਿਆ ਆ ਹੁਣ ਪਹਿਲਾਂ ਤਾਂ ਈਜ਼ੀਲੀ ਕੰਮ ਮਿਲ ਜਾਂਦਾ ਸੀਗਾ ਤੇ ਹੁਣ ਥੋੜਾ ਜਿਹਾ ਔਖਾ ਹੋ ਰਿਹਾ ਸਾਰਿਆਂ ਵਾਸਤੇ ਤੇ ਬੱਚਿਆਂ ਨੂੰ ਫੀਸ ਵਗੈਰਾ ਭਰਨ 'ਚ ਵੀ ਕਾਫੀ ਦਿੱਕਤ ਆ ਰਹੀ ਹੈ ਮੇਰੇ ਫਰੈਂਡ ਸਰਕਲ 'ਚ ਵੀ ਕਾਫੀ ਫਰੈਂਡਸ ਹੈਗੇ ਆ ਜਿਨ੍ਹਾਂ ਕੋਲ ਕੰਮ ਨਹੀਂ ਸੀਗਾ ਤੇ ਹੁਣ ਵੀ ਉਹਨਾਂ ਕੋਲ ਕੰਮ ਨਹੀਂ ਹੈਗਾ ਕਈ ਬੱਚੇ ਤਾਂ ਸਟੂਡੈਂਟਸ ਆ ਕਈ ਵਰਕ ਪਰਮਿਟ ਤੇ ਵੀ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਔਖਾ ਹੋ ਰਿਹਾ। ਓਕੇ ਸੋ ਜਦੋਂ ਤੁਸੀਂ ਆਏ ਸੀ 2019 ਤੇ ਉਦੋਂ ਕੰਮ ਵਗੈਰਾ ਮਿਲ ਗਿਆ ਸੀ ਸਾਨੀ ਨਾਲ ਫੀਸਾਂ ਵਗੈਰਾ ਨਿਕਲ ਗਿਆ ਸੀ? ਹਾਂਜੀ ਕੰਮ ਤਾਂ ਸਾਨੀ ਨਾਲ ਮਿਲ ਗਿਆ ਸੀਗਾ ਤੇ ਫੀਸ ਵਗੈਰਾ ਵੀ ਨਿਕਲ ਗਈ ਸੀ। ਅੱਛਾ ਅੱਛਾ ਤੇ ਬਾਕੀ ਹੁਣ ਮਤਲਬ ਕਿ ਜੋ ਨਵੇਂ ਬੱਚੇ ਆ ਰਹੇ ਨੇ ਹਨਾ ਜਿੱਦਾਂ ਆਪਣਾ ਸੈਪਟੈਂਬਰ ਇਨਟੇਕ ਚ ਹੋਣਾ ਬੱਚਿਆਂ ਨੇ ਅੱਗੇ ਜਨਵਰੀ ਇਨਟੇਕ ਚ ਹੋਣਾ ਕਿ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਵਾਸਤੇ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ? मैं उन्होंने आही सजेशन दिनी हाँ कि अपना थोड़ा जा माइंड सैट करके आऊँ भी थोड़ा जा स्ट्रोंग बन के आओ क्योंकि इतने आन के बहुत सारी प्रॉब्लम्स फेस करनी पैनगियाँ क्योंकि काम नहीं है तो काम करके बच्चे काफ़ी डिप्रेशन से जा रहे हैं कि साढ़े को काम नहीं है असं फीस वगैरह किमें भरेंगे तो करके थोड़ा जा स्ट्रोंग बन के आओ। ओके सो मतलब कि नाल अपना कुछ बैकअप पैसे भी नाल लेके आउन कि मतलब जिद्दा उन्हें काम कुम नहीं हैगा कई बच्चों के कोल है ना? हाँ जी ये है कि अपना बैकअप नाल लेके आओ थोड़ा जा ते बाकी GIC वगैरह भी देख के वरतो भी फालतू खर्चा ना करो। ओके सो पेरेंट्स नु की सजेस्ट करना चाहोगे क्योंकि पेरेंट्स काफ़ी ज़्यादा वो करते हैं अपना बच्चों को कहते हैं कि घर भी पैसे भेजो फीसा भी मैनेज करो तो कि समझते हो? पेरेंट्स में मैं यही कहूँगी कि थोड़ा जा बच्चों सपोर्ट करो क्योंकि इतने बच्चे कल्ले होंगे तो थोड़े आके डिप्रैस हो जाते हैं कि है ना काम नहीं मिलता है तो उन्होंने पढ़ाई की भी टेंशन होंगी है सो दैट्स वाई पेरेंट्स में यही कहूँगी कि बच्चों ने थोड़ा जा सपोर्ट कर उन्होंने समझ थोड़ा जा उन्होंने कंफर्टेबल फील करा कि उन्होंने लो फील ना करा। ਤੇ ਬਾਕੀ ਜਿੱਦਾਂ ਕਈ ਬੱਚੇ ਹੈਗੇ ਨੇ ਜਿਨ੍ਹਾਂ ਕੋਲ ਕੰਮ ਹੈ ਨਹੀਂ ਤੇ ਕਈ ਲੋਕ ਕਹਿੰਦੇ ਨੇ ਕਿ ਕੋਈ ਸਕਿੱਲ ਵਗੈਰਾ ਸਿੱਖ ਕੇ ਆਓ ਹਨਾ ਆਪਣਾ ਇੰਡੀਆ ਤੋਂ ਹਨਾ ਆਪਾਂ ਇੰਡੀਆ ਦੇ ਵਿੱਚ ਕੰਮ ਕਰਨਾ ਨਹੀਂ ਚਾਹੁੰਦੇ ਬਟ ਇੱਥੇ ਆ ਕੇ ਆਪਾਂ ਸਾਰੇ ਕੰਮ ਕਰਦੇ ਹਨਾ ਸੋ ਤੁਸੀਂ ਸੁਜੈਸਟ ਕਰੋਗੇ ਕਿ ਮਤਲਬ ਕਿ ਕੋਈ ਸਕਿੱਲ ਵਗੈਰਾ ਆਪਣਾ ਇੰਡੀਆ ਤੋਂ ਹੀ ਸਿੱਖ ਕੇ ਆਉਣ ਕੋਈ ਨਾ ਕੋਈ ਕੰਮ? ਹਾਂਜੀ ਕੁੜੀਆਂ ਵਾਸਤੇ ਤਾਂ ਮੈਂ ਕਹੂੰਗੀ ਕਿ ਕਾਫੀ ਜਿੱਦਾਂ ਕਿ ਆਪਣਾ ਪਾਰਲਰ ਦਾ ਕੰਮ ਸਿੱਖਿਆ ਹਨ ਉਹ ਵੀ ਤੁਸੀਂ ਘਰੇ ਬੈਠੇ ਆਪਣਾ ਕਰ ਸਕਦੇ ਆ ਵੀ ਅਗਰ ਤੁਹਾਨੂੰ ਕੰਮ ਆਉਂਦਾ ਆ ਤੇ ਤੁਸੀਂ ਆਪਣੇ ਘਰ ਖੋਲ ਲਓ ਤੇ ਆਪਣਾ ਘਰ ਤੋਂ ਸਟਾਰਟ ਕਰ ਸਕਦੇ ਆ ਕੰਮ ਕੁਕਿੰਗ ਦਾ ਵੀ ਕੰਮ ਸਿੱਖ ਕੇ ਆਓ ਅਤੇ ਕੁਕਿੰਗ ਦੇ ਵਿੱਚ ਵੀ ਕਾਫੀ ਸਕੋਪ ਹੈ ਕਿਉਂਕਿ ਬੱਚੇ ਇੱਥੇ ਕੰਮ 'ਤੇ ਜਾਂਦੇ ਆ ਅਤੇ ਟਾਈਮ ਨਹੀਂ ਮਿਲਦਾ ਰੋਟੀ ਬਣਾਉਣ ਦਾ ਅਤੇ ਟਿਫਿਨ ਲਵਾ ਲੈਂਦੇ ਆ ਅਤੇ ਬਾਹਰ ਦੀ ਰੋਟੀ ਉਹਨਾਂ ਨੂੰ ਨਹੀਂ ਪਸੰਦ ਆਉਂਦੀ ਅਤੇ ਉਹ ਪ੍ਰੈਫਰ ਕਰਦੇ ਕਿ ਘਰ ਦੀ ਰੋਟੀ ਹੋਵੇ ਤਾਂ ਤੁਸੀਂ ਉਹ ਵੀ ਕੰਮ ਕਰ ਸਕਦੇ ਆ ਇੱਕ ਅਤੇ ਉਹ ਕੈਸ਼ ਮਨੀ ਆ ਅਤੇ ਉਹ ਵੀ ਚੰਗਾ ਆ। ਹਾਂਜੀ ਹਾਂਜੀ ਅਤੇ ਬਾਕੀ ਜਿਹੜੇ ਨਿਊ ਕਮਰਸ ਆ ਰਹੇ ਉਹਨਾਂ ਨੂੰ ਬਸ ਇਹੀ ਸੁਜੈਸ਼ਨ ਹੈ ਅਤੇ ਇੱਥੇ ਆ ਕੇ ਆਪਣਾ ਥੋੜ੍ਹਾ ਬਹੁਤ ਐਕਸਟਰਾ ਪੈਸੇ ਇੰਡੀਆ ਤੋਂ ਲੈ ਕੇ ਆਓ ਹੈ ਨਾ? ਹਾਂਜੀ ਅਤੇ ਉਹਦੇ ਆਪਣਾ ਦੇਖ ਕੇ ਖਰਚਾ ਹਾਂਜੀ ਉਹਦੇ ਜੋਬ ਵਗੈਰਾ ਲੱਭਣੀ ਸਟਾਰਟ ਕਰ ਦੋ ਹੈ ਨਾ? ਸੋ ਜੀ ਕੁਝ ਹੋਰ ਚੀਜ਼ਾਂ ਵੀ ਹੈਗੀਆਂ ਨੇ ਜਿੱਦਾਂ ਆਪਾਂ ਨੂੰ ਰੂਮਮੇਟਸ ਵਗੈਰਾ ਮਿਲਦੇ ਨੇ ਹੈ ਨਾ? ਸੋ ਕਿੱਦਾਂ ਮਤਲਬ ਤੁਸੀਂ ਸਮਝਦੇ ਹੋ ਰੂਮਮੇਟਸ ਵਧੀਆ ਹੋਣੇ ਚਾਹੀਦੇ ਨੇ ਆਪਣੇ ਨਾਲ? ਹਾਂਜੀ ਰੂਮਮੇਟਸ ਵਧੀਆ ਹੋਣ ਤਾਂ ਆਪਾਂ ਨੂੰ ਥੋੜਾ ਜਿਹਾ ਮੋਟੀਵੇਟ ਵੀ ਕਰਦੇ ਆ ਤੇ ਆਪਣਾ ਪੋਜ਼ਿਟਿਵ ਰਹੋ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਵੀ ਪੋਜ਼ਿਟਿਵ ਰਹੋ ਵੀ ਬੱਚੇ ਇੱਥੇ ਆਣ ਕੇ ਨੈਗੇਟਿਵ ਜ਼ਿਆਦਾ ਸੋਚਣ ਲੱਗ ਜਾਂਦੇ ਆ ਤੇ ਇਹਨੇ ਨੈਗੇਟਿਵ ਨਾ ਸੋਚੋ ਕਿ ਬਾਅਦ 'ਚ ਜਾ ਕੇ ਪ੍ਰੋਬਲਮ ਹੋਵੇ ਬਾਅਦ 'ਚ ਸਿਹਤ ਵੀ ਖਰਾਬ ਹੋਵੇ ਤੇ ਉਹਦਾ ਕੋਈ ਫਾਇਦਾ ਨਹੀਂ ਹੈ ਆਪਣਾ ਵਧੀਆ ਸਟੱਡੀ ਕਰੋ ਹਾਂਜੀ ਤੇ ਪੋਜ਼ਿਟਿਵ ਸੋਚੋ ਤੇ ਪਾਠ ਕਰੋ ਆਪਣਾ ਜਿੰਨਾ ਹੋ ਸਕਦਾ ਤੇ ਆਪਣਾ ਕੰਮ ਲੱਭੋ ਤੇ ਨਸ਼ੇ ਪੱਤੇ ਦੂਰ ਰਹੋ ਹਨਾ ਕੁੜੀਆਂ ਬਹੁਤ ਜ਼ਿਆਦਾ ਅੱਜ ਕੱਲ੍ਹ ਦੇਖ ਰਿਹਾ ਮੈਂ ਵੀਡ ਵਗੈਰਾ ਕਾਫੀ ਸਾਰੀ ਚੀਜ਼ਾਂ ਹਨਾ ਹਾਂਜੀ ਹਾਂਜੀ ਤੇ ਬਾਕੀ ਇਹੀ ਹੈ ਕਾਲਜ ਵਗੈਰਾ ਅਟੈਂਡ ਕਰੋ ਟਾਈਮ ਨਾਲ ਹਨਾ ਕਿਉਂਕਿ ਲੋਕ ਕੰਮ ਵੱਲ ਜ਼ਿਆਦਾ ਰਹਿੰਦੇ ਨੇ ਕਾਲਜ ਘੱਟ ਹਨਾ ਹਾਂਜੀ ਆਪਣੀਆਂ ਅਸਾਈਨਮੈਂਟਸ ਵੀ ਟਾਈਮ ਸਿਰ ਬਣਾਓ ਤੇ ਆਪਣਾ ਟਾਈਮ ਟੂ ਟਾਈਮ ਆਪਣੀਆਂ ਅਸਾਈਨਮੈਂਟ ਸਬਮਿਟ ਕਰੋ ਪੜ੍ਹਾਈ ਲਿਖਾਈ ਕਰੋ ਵੀ ਅਗਰ ਤੁਸੀਂ ਪੜ੍ਹੋਗੇ ਤਾਂ ਫਿਰ ਜੌਬਸ ਵੀ ਵਾਧੂ ਆ ਹਾਂਜੀ ਤੇ ਟੀਚਰਸ ਨਾਲ ਬਣਾ ਕੇ ਰੱਖੋ ਹਨਾ ਹਾਂਜੀ ਤੇ ਇੱਥੇ ਮਤਲਬ ਕਿ ਐਗਜ਼ਾਮ ਵਗੈਰਾ ਚੱਲਦੇ ਰਹਿੰਦੇ ਨੇ ਜਿੱਦਾਂ ਕੁਇਜ਼ ਹੋ ਗਈ ਅਸਾਈਨਮੈਂਟ ਸਾਰੇ ਆਪਾਂ ਨੂੰ ਕਰਨੇ ਪੈਂਦੇ ਨੇ ਤਾਂ ਹੀ ਆਪਾਂ ਪਾਸ ਹੁੰਦੇ ਆ ਹਨਾ ਹਾਂਜੀ ਹਾਂਜੀ ਤੇ ਨਾਲ ਆਪਣੇ ਵੀਰ ਨੇ ਕਰਨ ਵੀਰ ਇਹ ਪੜ੍ਹੇ ਨੇ ਨਾਰਦਰਨ ਕਾਲਜ ਦੇ ਵਿੱਚ ਦੱਸੋ ਤੁਹਾਡਾ ਨਾਰਦਰਨ ਕਾਲਜ ਕੀ ਐਕਸਪੀਰੀਅੰਸ ਰਿਹਾ ਪਾਸ ਸੀ ਕਿੱਦਾਂ ਪਾਸ ਪੂਸ ਕਰ ਦਿੰਦੇ ਨੇ? ਹਾਂਜੀ ਮੈਂ ਨਾਰਦਰਨ ਕਾਲਜ 'ਚ ਆਇਆ ਸੀਗਾ ਵਧੀਆ ਮੇਰਾ ਐਕਸਪੀਰੀਅੰਸ ਵਧੀਆ ਰਿਹਾ
बाकी थोड़ी सौखा ਜਿੱਦਾਂ ਕਹਿ ਦਈਏ ਆਪਾਂ ਹਾਂਜੀ 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 ਈਜ਼ੀ ਆ ਜਿੱਦਾਂ ਕਿਸੇ ਨੇ ਵਰਕ ਪਰਮਿਟ ਤੇ ਆਉਣਾ ਹੈ ਕਿ ਟਰੱਕ ਟਰੁੱਕ ਚਲਾਉਣਾ ਅੱਗੇ ਉਹਦੇ ਵਾਸਤੇ ਬੈਸਟ ਕਾਲਜ ਹੈ ਨਾ ਹਾਂਜੀ ਉਹ ਤੇ ਹੈਗਾ ਜੇ ਆਪਣਾ ਅੱਗੇ ਪੜਾਈ ਮਤਲਬ ਜਿੰਨੇ ਮੇਰੇ ਨਾਲ ਹੈਗੇ ਸੀਗੇ ਉਹ ਜਿਨ੍ਹਾਂ ਨੇ ਅੱਗੇ ਕੰਟੀਨਿਊ ਕਰਨੀ ਚਾਹੀਏ ਉਹ ਕੰਟੀਨਿਊ ਵੀ ਕੀਤੀ ਉਹਨਾਂ ਨੇ ਸਟੱਡੀ ਅੱਗੇ ਪੜ ਰਿਹਾ ਵਧੀਆ ਓਕੇ ਓਕੇ ਬਾਕੀ ਕੋਰਸ ਬਹੁਤ ਮੈਟਰ ਕਰਦਾ ਹੈ ਆਪਾਂ ਨੂੰ ਹੈ ਨਾ ਜਿਹੜਾ ਆਪਾਂ ਲੈ ਕੇ ਆਉਂਦੇ ਹਾਂ ਕਿਉਂਕਿ ਏਜੰਟ ਆਪਾਂ ਨੂੰ ਕੋਰਸ ਦੇ ਦਿੰਦੇ ਨੇ ਜਿੱਦਾਂ ਮਰਜ਼ੀ ਆਪਾਂ ਨੂੰ ਥੋੜ੍ਹੀ ਰਿਸਰਚ ਕਰਨੀ ਚਾਹੀਦੀ ਹੈ ਨਾ ਹਾਂਜੀ ਉਹ ਤਾਂ ਹੈ ਥੋੜ੍ਹੀ ਬਹੁਤੀ ਆਪਾਂ ਨੂੰ ਰਿਸਰਚ ਕਰਨੀ ਚਾਹੀਦੀ ਹੈ ਕਿ ਆਪਾਂ ਕੀ ਕਰਨ ਚੱਲੇ ਹਾਂ ਆਪਾਂ ਪਿੱਛੇ ਕਾਹਦੀ ਸਟੱਡੀ ਕੀਤੀ ਆ ਕਿਉਂਕਿ ਵਧੀਆ ਸਟੱਡੀ ਕਰਾਂਗੇ ਤਾਂ ਹੀ ਆਪਾਂ ਨੂੰ ਵਧੀਆ ਕੰਮ ਲੱਭੇਗਾ ਹੈ ਨਾ ਸਿੰਪਲ ਜੀ ਗੱਲ ਹੈ ਆਪਾਂ ਇਹ ਨਾ ਸਮਝੀਏ ਕਿ ਹਾਂ ਆ ਕੇ ਬਸ ਆਪਾਂ ਟਰੱਕ ਹੀ ਚਲਾਉਣਾ ਹਾਂਜੀ ਕਿ ਦੇਖੀਏ ਪੜ੍ਹੀਏ ਲਿਖੀਏ ਵਧੀਆ ਜੌਬ ਤੇ ਲੱਗੀਏ ਜਿੱਦਾਂ ਵੀਰ ਆਪਣੇ ਹੁਣ ਟਰੱਕ ਚਲਾਉਂਦੇ ਨੇ ਪਹਿਲਾਂ US ਨੂੰ ਚਲਾਉਂਦੇ ਸੀ ਹੁਣ ਸਿਟੀ ਵਾਈਡ ਚਲਾਉਂਦੇ ਨੇ ਤੇ ਲੱਗਦਾ ਹੀ ਹੈ ਖਾਲੀ ਦੋਨੋਂ ਸੌਖਾ ਹੈ ਨਾ ਔਖਾ ਹੁੰਦਾ ਬੜਾ ਹੈ ਨਾ ਕੰਮ ਕਰਨਾ ਬਿਲਕੁਲ ਉਹ ਤਾਂ ਹੈਗਾ ਕੰਮ ਤੇ ਕੋਈ ਵੀ ਨਹੀਂ ਸੌਖਾ ਉਹ ਗੱਲ ਹੀ ਕਹਿ ਦਿੰਦੇ ਆ ਕਿ ਹਾਂ ਸਿਕਿਉਰਿਟੀ ਵਾਲੇ ਤੇ ਵਿਹਲੇ ਬੈਠੇ ਰਹਿੰਦੇ ਆ ਟਰੱਕ ਵਾਲੇ ਵਿਹਲੇ ਬੈਠੇ ਰਹਿੰਦੇ ਕੰਮ ਤੇ ਵੀ ਕੰਮ ਆ ਹਰ ਜਗ੍ਹਾ ਕਰਨਾ ਹੀ ਪੈਂਦਾ ਸਹੀ ਗੱਲ ਜੇ ਅਗਰ $7,000-$8,000 ਬਣਦਾ ਤੇ ਫਿਰ ਉਸ ਸਾਹਮਣਾ ਕੰਮ ਵੀ ਕਰਾਉਂਦੇ ਨੇ ਅਗਲੇ ਹਨਾ ਬਿਲਕੁਲ ਬਿਲਕੁਲ ਰਿਸਕ ਪੂਰਾ ਲਾਈਫ ਦਾ ਜੇ US ਨੂੰ ਜਾਣਨਾ ਤਾਂ ਵੀ ਬਾਹਰ ਆ ਸੱਤੋ ਦਿਨ ਹਾਂਜੀ 10-10 ਦਿਨ ਬਾਹਰ ਆ ਤੇ ਤਾਂ ਇਹ ਲੋਕੀ ਕਹਿ ਦਿੰਦੇ ਨੇ ਜਿਵੇਂ ਰਿਲੇਟਿਵਸ ਵਗੈਰਾ ਕਿ ਬਈ ਇਹਨਾਂ ਦੇ ਇੰਨੇ ਪੈਸੇ ਬਣਦੇ ਨੇ ਇੰਨੇ ਪੈਸੇ ਬਣਦੇ ਨੇ ਹਨਾ ਕਰਨਵੀਰ ਤੇ ਰੀਦੀ ਦੀ ਤੇ ਦੋਵੇਂ 2019 ਦੇ ਵਿੱਚ ਆਏ ਸੀ ਤੇ ਇਹਨਾਂ ਦਾ ਇਹੀ ਕਹਿਣਾ ਹੈ ਉਸ ਟਾਈਮ ਤੇ ਕੰਮ ਕੋਈ ਮਿਲ ਜਾਂਦਾ ਸੀ ਬਟ ਹੁਣ ਇਸ ਟਾਈਮ ਬਹੁਤ ਹੀ ਹਾਲਤ ਖਰਾਬ ਹੋਈ ਪਈ ਹੈ ਹਨਾ ਕਹਿ ਦਈਏ ਰਿਸੈਸ਼ਨ ਕਰਕੇ ਪੂਰੀ ਦੁਨੀਆਂ ਦੀ ਕਹਿ ਦਈਏ ਹਾਂਜੀ ਆਪਣਾ ਥੋੜੀ ਸੇਵਿੰਗ ਕਰਕੇ ਚੱਲੋ ਥੋੜਾ ਧਿਆਨ ਨਾਲ ਚੱਲੋ ਆਪਣਾ ਬੈਕਅਪ ਪਲਾਨ ਲੈ ਕੇ ਚੱਲੋ ਤੇ ਮਾਂ ਪਿਓ ਬਸ ਇਹੀ ਥੋੜਾ ਬੱਚਿਆਂ ਨੂੰ ਡੀਮੋਟੀਵੇਟ ਨਾ ਕਰਨਾ ਕਿ ਘਰ ਖਰਚੇ ਭੇਜੋ ਜਾਂ ਬਾਕੀ ਫੀਸਾਂ ਫੂਸਾਂ ਮੈਨੇਜ ਕਰੋ ਕਿਉਂਕਿ ਕੰਮ ਕੁੰਮ ਬਿਲਕੁਲ ਹੈ ਨਹੀਂ ਇਸ ਟਾਈਮ ਹਨਾ ਹਾਂਜੀ ਕਹਿ ਸਕਦੇ ਹਾਂ ਕਰਨ ਵਾਲੇ ਜਿੰਨਾਂ ਦਾ ਵਧੀਆ ਚੱਲਣ ਡਿਆ ਚੱਲੀ ਜਾਂਦਾ ਬਟ ਇਹ ਆ ਕਿ ਪਹਿਲਾਂ ਨਾਲੋਂ ਕੰਮ ਬਹੁਤ ਸਲੋ ਹੋਇਆ ਪਿਆ ਹਾਂਜੀ ਹਾਂਜੀ ਤੇ ਬਾਕੀ ਕੋਈ ਨਹੀਂ ਮਿਲਦੇ ਨੈਕਸਟ ਵੀਡੀਓ 'ਚ ਤੇ ਗੁੱਡ ਬਾਏ ਟੇਕ ਕੇਅਰ